ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਾਡੇ ਚੈਨਲ ਉੱਪਰ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ। ਸੋ ਦੋਸਤੋ, ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਪੁਲਿਸ ਕਾਂਸਟੇਬਲ ਦੀ ਜਿਹੜੀ ਆਂਸਰ ਕੀ ਹੈ ਉਹ ਆ ਚੁੱਕੀ ਹੈਗੀ। ਬਹੁਤ ਸਾਰੇ ਬੱਚਿਆਂ ਦੇ ਓਬਜੈਕਸ਼ਨ ਨੇ ਵੀ ਜਿਹੜੇ ਕੁਝ ਅਸੀਂ ਨੇ ਆਂਸਰ ਦਿੱਤੇ ਸੀ ਉਹ ਸਹੀ ਸੀ, ਪਰ ਆਂਸਰ ਕੀ ਦੇ ਵਿੱਚ ਕੀ ਉਹ ਗਲਤ ਦਿੱਤੇ ਗਏ ਨੇ। ਸੋ ਤੁਸੀਂ ਉਹਨਾਂ ਜਿਹੜੇ ਕੁਸ਼ਚਨ ਉਹਨਾਂ ਦੇ ਉੱਪਰ ਕੀ ਹੈਗਾ ਆਪਣਾ ਓਬਜੈਕਸ਼ਨ ਲਗਾ ਸਕਦੇ ਹੋਗੇ ਤਾਂ ਕਿ ਤੁਹਾਨੂੰ ਉਹਨਾਂ ਦੇ ਜਿਹੜੇ ਨੰਬਰ ਆ ਉਹ ਮਿਲ ਸਕਣ। ਸੋ ਓਬਜੈਕਸ਼ਨ ਕਿੱਦਾਂ ਲਗਾਉਣਾ ਉਹ ਆਪਾਂ ਸਾਰੀ ਪ੍ਰੋਸੈਸ ਜਿਹੜੀ ਇਸ ਵੀਡੀਓ ਦੇ ਵਿੱਚ ਦੇਖਾਂਗੇ। ਐਂਡ ਤੱਕ ਜ਼ਰੂਰ ਦੇਖਣਾ ਓਬਜੈਕਸ਼ਨ ਕਿੱਦਾਂ ਲਗਾਉਣਾ ਹੈਗਾ, ਠੀਕ ਹੈ ਜੀ, ਕਿੰਨੀ ਫੀਸ ਹੈ ਓਬਜੈਕਸ਼ਨ ਦੀ। ਸੋ ਸਭ ਤੋਂ ਪਹਿਲਾਂ ਤੁਸੀਂ ਨੇ ਕੀ ਆਪਣਾ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਭਰ ਲੈਣਾ ਅਤੇ ਕੈਪਚਾ ਭਰ ਕੇ ਕੀ ਹੈ ਆਪਣੀ ਆਈਡੀ ਨੂੰ ਲੌਗਇਨ ਕਰ ਲੈਣਾ, ਠੀਕ ਹੈ ਜੀ। ਸਭ ਤੋਂ ਪਹਿਲਾਂ ਜਿਹੜਾ ਕੰਮ ਇਹੀ ਹੈ, ਜੇਕਰ ਤੁਹਾਡਾ ਪਾਸਵਰਡ ਗਲਤ ਹੈ ਤਾਂ ਤੁਸੀਂ ਕੀ ਉਹ ਫੋਰਗੈਟ ਪਾਸਵਰਡ ਕਰਕੇ ਕੀ ਉਹਨੂੰ ਚੇਂਜ ਵੀ ਕਰ ਸਕਦੇ ਹੋ, ਠੀਕ ਹੈ ਜੀ। ਸਭ ਤੋਂ ਪਹਿਲਾਂ ਤੁਸੀਂ ਆਪਣਾ ਰਜਿਸਟ੍ਰੇਸ਼ਨ ਨੰਬਰ ਫਿੱਲ ਕਰਨਾ, ਪਾਸਵਰਡ ਫਿੱਲ ਕਰਨਾ ਅਤੇ ਜਿਹੜਾ 7 ਕਰੈਕਟਰ ਦਾ ਕੈਪਚਾ ਦਿੱਤਾ ਹੈਗਾ ਉਹ ਫਿੱਲ ਕਰਕੇ ਤੁਸੀਂ ਕੀ ਸਭ ਤੋਂ ਪਹਿਲਾਂ ਆਪਣੀ ਆਈਡੀ ਨੂੰ ਲੌਗਇਨ ਕਰ ਲੈਣਾ। ਸੋ ਜਦੋਂ ਤੁਹਾਡੀ ਆਈਡੀ ਕੀ ਹੈ ਲੌਗਇਨ ਹੋ ਜਾਂਦੀ ਹੈ, ਤੁਹਾਡੀ ਆਈਡੀ ਲੌਗਇਨ ਹੋਣ ਤੋਂ ਬਾਅਦ ਕੀ ਹੈ ਇੱਦਾਂ ਦਾ ਤੁਹਾਡੇ ਸਾਹਮਣੇ ਜਿਹੜਾ ਖੁੱਲ੍ਹ ਜਾਵੇਗਾ, ਐਪਲੀਕੇਸ਼ਨ ਡਿਟੇਲ, ਕਾਂਸਟੇਬਲ, ਹੈਲਪ ਡੈਸਕ, ਠੀਕ ਹੈ, ਤੁਹਾਡਾ ਸਾਰਾ ਕੁਝ ਇਹਦੇ ਉੱਪਰ ਜਿਹੜਾ ਤੁਹਾਡੀ ਡਿਟੇਲ ਆ ਉਹ ਆ ਰਹੀ ਹੈਗੀ, ਠੀਕ ਹੈ ਜੀ। ਤਾਂ ਤੁਸੀਂ ਨੇ ਕੀ ਹੈ ਕਾਂਸਟੇਬਲ ਦੇ ਉੱਪਰ ਕੀ ਕਲਿੱਕ ਕਰ ਦੇਣਾ। ਕਾਂਸਟੇਬਲ ਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਸਾਹਮਣੇ ਜਿਹੜਾ ਕੀ ਹੈਗਾ ਇੱਦਾਂ ਦਾ ਜਿਹੜਾ ਖੁੱਲ੍ਹ ਕੇ ਆਵੇਗੀ ਸਕਰੀਨ, ਠੀਕ ਹੈ ਜੀ। ਤਾਂ ਇੱਥੇ ਲਿਖਿਆ ਹੋਇਆ ਐਕਸ਼ਨ, ਐਕਸ਼ਨ ਦੇ ਨੀਚੇ ਜਿਹੜਾ ਬਾਕਸ ਬਣਿਆ ਹੋਇਆ ਉਸ ਬਾਕਸ ਦੇ ਉੱਪਰ ਕੀ ਤੁਸੀਂ ਨੇ ਕਲਿੱਕ ਕਰਨਾ। ਜਦੋਂ ਤੁਸੀਂ ਉਸ ਬਾਕਸ ਦੇ ਉੱਪਰ ਕਲਿੱਕ ਕਰੋਗੇ ਅੱਗੇ ਕੀ ਹੈਗਾ ਤੁਹਾਡਾ ਜਿਹੜਾ ਫੇਸ ਹੈਗਾ ਉਹ ਇੱਦਾਂ ਦਾ ਇੱਕ ਜਿਹੜਾ ਖੁੱਲ੍ਹ ਕੇ ਉਹ ਆਵੇਗਾ ਕਾਂਸਟੇਬਲ ਦੇ ਉੱਪਰ ਕਲਿੱਕ ਕਰਨ ਤੋਂ ਬਾਅਦ। ਜਦੋਂ ਤੁਸੀਂ ਇਹਦੇ ਵਿੱਚ ਤੁਸੀਂ ਕੀ ਹੈ ਤੁਹਾਡਾ ਐਪਲੀਕੇਸ਼ਨ ਸ਼ੀਟ ਕੁਐਸਚਨ ਨੰਬਰ ਅਤੇ ਐਪਲੀਕੈਂਟ ਨੇਮ ਹੈ, ਇਹ ਸਾਰਾ ਕੁਝ ਦਿੱਤਾ ਹੋਇਆ ਹੈਗਾ, ਠੀਕ ਹੈ ਜੀ। ਜਦੋਂ ਤੁਸੀਂ ਨੇ ਕਾਂਸਟੇਬਲ ਦੇ ਉੱਪਰ ਕਲਿੱਕ ਕੀਤਾ, ਕਾਂਸਟੇਬਲ ਦੇ ਉੱਪਰ ਕਲਿੱਕ ਕਰਨ ਤੋਂ ਬਾਅਦ ਅੱਗੇ ਜਿਹੜਾ ਤੁਹਾਡਾ ਫੇਸ ਹੈਗਾ ਇੱਦਾਂ ਦੀ ਤੁਹਾਡੇ ਸਾਹਮਣੇ ਜਿਹੜੀ ਸਕਰੀਨ ਆ ਉਹ ਖੁੱਲ੍ਹ ਕੇ ਆ ਜਾਣੀ ਹੈ, ਜਿਹਦੇ ਉੱਪਰ ਕੀ ਹੈ ਐਪਲੀਕੇਸ਼ਨ ਡਿਟੇਲ, ਪੇਮੈਂਟ ਸਲਿੱਪ, ਕੈਂਡੀਡੇਟ ਰਿਸਪੋਂਸ ਅਤੇ ਓਬਜੈਕਸ਼ਨ ਫੋਰਮ, ਠੀਕ ਹੈ। ਇਹ ਤੁਹਾਡੇ ਸਾਹਮਣੇ ਚਾਰ ਆਪਸ਼ਨ ਆ ਜਾਣਗੀਆਂ। ਕੈਂਡੀਡੇਟ ਰਿਸਪੋਂਸ ਦੇ ਉੱਪਰ ਤੁਸੀਂ ਕਲਿੱਕ ਕਰਕੇ ਕੀ ਹੈ ਆਪਣੀ ਜਿਹੜੀ ਆਂਸਰ ਕੀ ਆ ਉਹ ਚੈੱਕ ਕਰ ਸਕਦੇ ਹੋ। ਕੈਂਡੀਡੇਟ ਰਿਸਪੋਂਸ ਦੇ ਉੱਪਰ ਜਦੋਂ ਆਪਾਂ ਕਲਿੱਕ ਕੀਤਾ, ਠੀਕ ਹੈ, ਤਾਂ ਲਿਖਿਆ ਟੂ ਡਾਊਨਲੋਡ ਯੂਅਰ ਰਿਸਪੋਂਸ ਸ਼ੀਟ ਫਾਰ ਪੰਜਾਬ ਕਾਂਸਟੇਬਲ ਇਨ ਡਿਸਟ੍ਰਿਕਟ ਐਂਡ ਆਰਮਡ ਕੈਡਰ, ਠੀਕ ਹੈ। ਕਲਿੱਕ ਹੇਅਰ ਦੇ ਉੱਪਰ ਕਲਿੱਕ ਕਰਕੇ ਤੁਸੀਂ ਜਿਹੜੀ ਆਪਣੀ ਆਂਸਰ ਕੀ ਆ ਉਹ ਚੈੱਕ ਕਰ ਸਕਦੇ ਹੋ, ਠੀਕ ਹੈ ਜੀ। ਆਂਸਰ ਕੀ, ਜਦੋਂ ਤੁਸੀਂ ਕਲਿੱਕ ਹੇਅਰ ਦੇ ਉੱਪਰ ਕਲਿੱਕ ਕਰਨ ਤਾਂ ਇੱਦਾਂ ਦਾ ਜਿਹੜਾ ਤੁਹਾਡੇ ਸਾਹਮਣੇ ਸਕਰੀਨ ਖੁੱਲ੍ਹ ਕੇ ਆਵੇਗੀ। ਜਦੋਂ ਤੁਸੀਂ ਇਹਨੂੰ ਉੱਪਰ ਨੂੰ ਸਕਰੋਲ ਕਰੋਗੇ ਤਾਂ ਨੀਚੇ ਤੁਹਾਡੀ ਜਿਹੜੀ ਆਂਸਰ ਕੀ ਆ ਉਹ ਆ ਜਾਣੀ ਹੈ। ਦੋਨੇ ਪੇਪਰਾਂ ਦੇ ਨੰਬਰ ਜਿਹੜੇ ਤੁਹਾਨੂੰ ਦਿੱਤੇ ਹੋਣਗੇ ਤੁਸੀਂ ਸਿਰਫ ਜਿਹੜੇ ਬੀ ਪੇਪਰ ਦੇ ਨੰਬਰ ਆ ਉਹ ਚੈੱਕ ਕਰਨੇ, ਕਿਉਂਕਿ ਉਸ ਪੇਪਰ ਦੇ ਹੀ ਨੰਬਰ ਆ ਜਿਹੜੇ ਉਹ ਐਡ ਹੋਣੇਗੇ, ਠੀਕ ਹੈ ਜੀ। ਸੋ ਹੁਣ ਆਪਾਂ ਗੱਲ ਕਰਦੇ ਹਾਂ ਓਬਜੈਕਸ਼ਨ ਕਿੱਦਾਂ ਲਾਉਣਾ ਹੈਗਾ। ਤਾਂ ਇੱਕ ਵਾਰੀ ਆਪਾਂ ਬੈਕ ਜਾਵਾਂਗੇ ਤਾਂ ਓਬਜੈਕਸ਼ਨ ਫੋਰਮ ਦੇ ਉੱਪਰ ਆਪਾਂ ਕਲਿੱਕ ਕਰਾਂਗੇ। ਜਦੋਂ ਆਪਾਂ ਓਬਜੈਕਸ਼ਨ ਫੋਰਮ ਦੇ ਉੱਪਰ ਕਲਿੱਕ ਕਰਾਂਗੇ ਤਾਂ ਅੱਗੇ ਜਿਹੜੀ ਤੁਹਾਡੇ ਸਾਹਮਣੇ ਸਕਰੀਨ ਖੁੱਲ੍ਹ ਕੇ ਆਵੇਗੀ ਉਹਦੇ ਉੱਪਰੋਂ ਹੀ ਕੀ ਹੈ ਜਿਹੜਾ ਤੁਸੀਂ ਓਬਜੈਕਸ਼ਨ ਹੈਗਾ ਉਹ ਲਗਾ ਸਕਦੇ ਹੋਗੇ। ਓਬਜੈਕਸ਼ਨ ਦੀ ਜਿਹੜੀ ਫੀਸ ਆ ਉਹ ਇੱਕ ਕੁਐਸਚਨ ਦੀ ਫੀਸ ਹੈ, 50 ਰੁਪਏ ਜਿਹੜੀ ਤੁਹਾਨੂੰ ਭਰਨੀ ਪਵੇਗੀ, ਠੀਕ ਹੈ ਜੀ। 50 ਰੁਪਏ ਭਰਨ ਤੋਂ ਬਾਅਦ ਤੁਹਾਡਾ ਜਿਹੜਾ ਓਬਜੈਕਸ਼ਨ ਆ ਉਹ ਲੱਗ ਸਕਦਾ ਹੈਗਾ। ਸੋ ਹੁਣ ਆਪਾਂ ਓਬਜੈਕਸ਼ਨ ਤੁਹਾਨੂੰ ਲਗਾ ਕੇ ਦਿਖਾਉਣਾ ਕਿੱਦਾਂ ਲੱਗਣਾ ਹੈਗਾ, ਠੀਕ ਹੈ ਜੀ। ਓਬਜੈਕਸ਼ਨ ਫੋਰਮ ਦੇ ਉੱਪਰ ਜੋ ਤੁਸੀਂ ਕਲਿੱਕ ਕੀਤਾ, ਓਬਜੈਕਸ਼ਨ ਫੋਰਮ 'ਤੇ ਕਲਿੱਕ ਕਰਨ ਤੋਂ ਬਾਅਦ ਜਿਹੜੀ ਇੰਸਟਰਕਸ਼ਨ ਨੇ ਤੁਹਾਡੇ ਸਾਹਮਣੇ ਆ ਜਾਣਗੀਆਂ, ਠੀਕ ਹੈ ਜੀ। ਇਹ ਸਾਰਾ ਕੁਝ ਤੁਹਾਡੇ ਸਾਹਮਣੇ ਲਿਖਿਆ ਹੋਣਾ ਹੈਗਾ। ਇੱਕ ਵਾਰ 'ਚ ਕਹਿੰਦੇ ਤੁਸੀਂ ਇੱਕ ਓਬਜੈਕਸ਼ਨ ਹੀ ਲਗਾ ਸਕਦੇ ਹੋਗੇ ਇੱਕ ਕੁਐਸਚਨ ਦੇ ਉੱਪਰ ਇੱਕ ਵਾਰ। ਜੇ ਤੁਸੀਂ ਇੱਕ ਤੋਂ ਜ਼ਿਆਦਾ ਕੁਐਸਚਨਾਂ ਦੇ ਉੱਪਰ ਜਿਹੜਾ ਓਬਜੈਕਸ਼ਨ ਲਾਉਣਾ ਤਾਂ ਤੁਹਾਨੂੰ ਵਾਰ ਵਾਰ ਲਾਉਣਾ ਪਊਗਾ। ਇੱਕ ਵਾਰ ਦੇ ਵਿੱਚ ਸਿਰਫ ਤੁਸੀਂ ਇੱਕ ਕੁਐਸਚਨ ਦੇ ਉੱਪਰ ਓਬਜੈਕਸ਼ਨ ਲਗਾ ਸਕਦੇ ਹੋ। ਜੇਕਰ ਤੁਸੀਂ ਚਾਹੋ ਤਾਂ ਇਹ ਸਾਰੀਆਂ ਇੰਸਟਰਕਸ਼ਨ ਕੀ ਨੇ ਤੁਸੀਂ ਪੜ੍ਹ ਵੀ ਸਕਦੇ ਹੋ। ਸੋ ਓਬਜੈਕਸ਼ਨ ਕਿੱਦਾਂ ਲਾਉਣਾ ਹੈਗਾ, ਸਕਰੋਲ ਕਰਾਂਗੇ ਜਦੋਂ ਆਪਾਂ ਨੂੰ ਆ ਗਿਆ ਨੇਚਰ ਆਫ ਓਬਜੈਕਸ਼ਨ, ਠੀਕ ਹੈ। ਇਹਦੇ ਉੱਪਰ ਸਿਲੈਕਟ ਕਰ ਲੈਣਾ ਤੁਸੀਂ ਨੇ, ਰਿਮਾਰਕ ਦੇ ਦੇਣਾ ਵੀ ਤੁਹਾਡਾ ਜਿਹੜਾ ਆਂਸਰ ਹੈ ਕੁਐਸਚਨ ਦਾ ਉਹ ਕੀ ਸਹੀ ਹੈਗਾ, ਠੀਕ ਹੈ। ਫੁੱਲ ਡਿਟੇਲ ਦੇ ਵਿੱਚ ਉਰੇ ਲਿਖ ਦੇਣਾ ਹੈਗਾ, ਠੀਕ ਹੈ। ਕੋਈ ਵੀ ਰਿਮਾਰਕ ਦੇਣਾ ਅਤੇ 50 ਰੁਪਏ ਜਿਹੜੀ ਇੱਕ ਕੁਐਸਚਨ ਦੀ ਫੀਸ ਹੈ, 50 ਰੁਪਏ ਤੁਸੀਂ ਭਰਨੇ ਇੱਕ ਪ੍ਰਸ਼ਨ ਦੇ ਲਈ, ਠੀਕ ਹੈ ਜੀ। ਇਸ ਤੋਂ ਇਲਾਵਾ ਤੁਸੀਂ ਡਾਕੂਮੈਂਟ ਵੀ ਅਪਲੋਡ ਕਰ ਸਕਦੇ ਹੋ ਸੋਲਵ ਕਰਕੇ,
ਕਲਿੱਕ ਹੇਅਰ ਟੂ ਅਪਲੋਡ, ਇਹਦੇ ਉੱਪਰ ਤੁਸੀਂ ਤੁਹਾਡਾ ਜਿਹੜਾ ਵੀ ਕੁਐਸਚਨ ਹੈਗਾ, ਠੀਕ ਹੈ, ਉਹਦਾ ਆਂਸਰ ਤੁਸੀਂ ਕੀ ਅਪਲੋਡ ਕਰ ਸਕਦੇ ਹੋ ਉਹਦੀ ਫੋਟੋ, ਠੀਕ ਹੈ। ਅਪਲੋਡ ਕਰਨ ਤੋਂ ਬਾਅਦ ਜਿਹੜੀ ਪੇਮੈਂਟ ਦਾ ਮੈਥਡ ਹੈਗਾ ਕਿਹੜਾ ਹੈਗਾ, ਨੈੱਟ ਬੈਂਕਿੰਗ, ਕ੍ਰੈਡਿਟ ਕਾਰਡ, ਡੈਬਿਟ ਕਾਰਡ, ਯੂਪੀਆਈ, ਕਿੱਦਾਂ ਵੀ ਤੁਸੀਂ ਜਿਹੜੀ ਹੈਗੀ ਪੇਮੈਂਟ ਕਰ ਸਕਦੇ ਹੋ। ਪੇਮੈਂਟ ਕਰਨ ਤੋਂ ਬਾਅਦ ਤੁਸੀਂ ਨੇ ਕੀ ਹੈਗਾ ਸਬਮਿਟ ਹੈ ਜਿਹੜਾ ਉਹ ਕਰ ਦੇਣਾ। ਸਬਮਿਟ ਕਰਨ ਤੋਂ ਬਾਅਦ ਤੁਹਾਡਾ ਜਿਹੜਾ ਓਬਜੈਕਸ਼ਨ ਆ ਉਹ ਲੱਗ ਜਾਣਾ। ਸੋ ਇੱਕ ਵਾਰ 'ਚ ਤੁਸੀਂ ਸਿਰਫ ਇੱਕ ਪ੍ਰਸ਼ਨ ਦੇ ਉੱਪਰ ਓਬਜੈਕਸ਼ਨ ਜਿਹੜਾ ਉਹ ਲਗਾ ਸਕਦੇ ਹੋਗੇ, ਠੀਕ ਹੈ ਜੀ। ਜੇ ਤੁਹਾਡੇ ਕੋਲ 4 ਤੋਂ 5 ਕੁਐਸਚਨ ਹੈ ਜਿਨ੍ਹਾਂ ਦੇ ਉੱਪਰ ਓਬਜੈਕਸ਼ਨ ਤੁਸੀਂ ਲਗਾਉਣੀ ਹੈਗੀ, ਤਾਂ ਠੀਕ ਹੈ, ਤੁਹਾਨੂੰ 5 ਵਾਰ ਹੀ ਇਹ ਪੇਜ ਖੋਲ੍ਹਣਾ ਪੈਣਾ ਹੈਗਾ ਅਤੇ 5 ਵਾਰ 'ਚ ਓਬਜੈਕਸ਼ਨ ਜਿਹੜੀ ਲੱਗਣੀ ਹੈ ਸਬਮਿਟ ਕਰ ਦੇਣਾ। ਅਤੇ ਸਬਮਿਟ ਕਰਨ ਤੋਂ ਬਾਅਦ ਤੁਹਾਨੂੰ ਮੈਸੇਜ ਜਾਂ ਈਮੇਲ ਆ ਜਾਣਾ ਵੀ ਤੁਹਾਡਾ ਜਿਹੜਾ ਓਬਜੈਕਸ਼ਨ ਹੈਗਾ ਇਸ ਕੁਐਸਚਨ ਦੇ ਉੱਪਰ ਲੱਗ ਗਿਆ। ਜੇ ਤੁਹਾਡਾ ਆਂਸਰ ਸਹੀ ਹੁੰਦਾ ਤਾਂ ਤੁਹਾਨੂੰ ਜਿਹੜੇ ਉਹਦੇ ਨੰਬਰ ਹੈਗੇ ਉਹ ਮਿਲ ਜਾਣਗੇ, ਠੀਕ ਹੈ ਜੀ। ਹਾਂ, ਇੱਕ ਨੰਬਰ ਵੀ ਬਹੁਤ ਜ਼ਿਆਦਾ ਫਾਇਦਾ ਕਰਦਾ, ਕਈ ਵਾਰੀ ਕੁਛ ਬੱਚੇ ਇੱਕ ਨੰਬਰ 'ਤੇ ਰਹਿ ਜਾਂਦੇ ਹੈਗੇ, 1-2 ਨੰਬਰਾਂ 'ਤੇ ਹੀ ਰਹਿ ਜਾਂਦਾ, ਠੀਕ ਹੈ, ਤਾਂ ਓਬਜੈਕਸ਼ਨ ਜ਼ਰੂਰ ਲਗਾਓ ਸਾਰਿਆਂ ਨੂੰ। ਸੋ ਓਬਜੈਕਸ਼ਨ ਜ਼ਰੂਰ ਲਗਾਓ, ਠੀਕ ਹੈ ਜੀ। ਇਹ ਤੁਹਾਡੇ ਸਾਰੇ ਫਿਊਚਰ ਤੁਹਾਡਾ ਇਹਦੇ ਉੱਪਰ ਡਿਪੈਂਡ ਕਰਦਾ ਨਾ। ਤੁਹਾਨੂੰ ਜੇ 2 ਤੋਂ 4 ਨੰਬਰ ਮਿਲ ਗਏ ਤਾਂ ਤੁਹਾਡੀ ਕੀ ਹੈ ਜੋਬ, ਕਈ ਵਾਰੀ 1-2 ਨੰਬਰਾਂ ਕਰਕੇ ਬੰਦਾ ਰਹਿ ਜਾਂਦਾ ਹੈਗਾ। ਇਹ ਨਾ ਸੋਚੋ ਵੀ ਹੋਰ ਬੱਚੇ ਜਿਹੜਾ ਓਬਜੈਕਸ਼ਨ ਲਗਾ ਦੇਣਗੇ, ਆਪਾਂ ਨੂੰ ਤਾਂ ਉਹਦੇ ਨੰਬਰ ਮਿਲ ਹੀ ਜਾਣੇ। ਸੋ ਜਿਹੜੇ ਬੱਚੇ ਓਬਜੈਕਸ਼ਨ ਲਗਾ ਸਕਦੇ, ਠੀਕ ਹੈ, 50 ਰੁਪਏ ਕੋਈ ਜ਼ਿਆਦਾ ਵੱਡੀ ਗੱਲ ਨਹੀਂ ਹੁੰਦੀ ਹੈਗੀ। ਜਿਹੜੇ ਚਲੋ ਕੁਝ ਬੱਚੇ ਨਹੀਂ ਲਗਾ ਸਕਦੇ, ਕੁਝ ਫਾਈਨੈਂਸ਼ੀਅਲੀ ਹੁੰਦੇ ਵੀ ਇੱਕ ਵੀ ਕਹਿੰਦੇ ਵੀ ਚਲੋ ਆਪਾਂ ਨਹੀਂ ਲਗਾ ਸਕਦੇ। ਸੋ ਜਿਹੜੇ ਬੱਚੇ ਓਬਜੈਕਸ਼ਨ ਲਗਾ ਸਕਦੇ ਤਾਂ ਉਹ ਜ਼ਰੂਰ ਕੀ ਓਬਜੈਕਸ਼ਨ ਲਾਓ। ਤਾਂ ਕੁਝ ਹੀ ਦਿਨਾਂ ਦੇ ਬਾਅਦ ਵਿੱਚ ਕਿਹੜੀ ਆ, 5-4 ਦਿਨਾਂ ਬਾਅਦ ਜਾਂ ਹਫ਼ਤੇ ਕੁ ਬਾਅਦ ਕੀ ਨਵੀਂ ਆਂਸਰ ਕੀ ਜਿਹੜੀ ਤੁਹਾਡੇ ਸਾਹਮਣੇ ਆ ਜਾਣੀਗੀ, ਠੀਕ ਹੈ। ਇਹ ਜਿਹੜੀ ਸਿਰਫ ਇੱਕ ਟੈਂਪਰੇਰੀ ਆਂਸਰ ਕੀ ਹੈ ਤਾਂ ਕਿ ਤੁਸੀਂ ਓਬਜੈਕਸ਼ਨ ਲਗਾ ਸਕੋ ਵੀ ਕੁਛ ਕੁਐਸਚਨਾਂ ਦੇ ਉੱਪਰ, ਠੀਕ ਹੈ। ਇਹ ਹਰ ਇੱਕ ਪੇਪਰ ਦੇ ਵਿੱਚ ਇੱਦਾਂ ਆਉਂਦੀ ਹੁੰਦੀ ਹੈਗੀ। ਅਤੇ ਹੁਣ ਤੁਸੀਂ ਓਬਜੈਕਸ਼ਨ ਲਾ ਦਿਓ ਜਿਹੜੇ ਵੀ ਕੁਐਸਚਨ ਹੈਗੇ ਆ, ਤਾਂ ਇਸ ਤੋਂ ਬਾਅਦ ਕੀ ਜਿਹੜੀ ਫਰੈਸ਼ ਹੈ ਇੱਕ ਬਿਲਕੁਲ ਸਹੀ ਜਿਹੜੀ ਆਂਸਰ ਕੀ ਉਹ ਤੁਹਾਡੇ ਸਾਹਮਣੇ ਆ ਜਾਵੇਗੀ। ਅਤੇ ਫਿਰ ਤੁਸੀਂ ਆਪਣੇ ਜਿਹੜੇ ਨੰਬਰ ਆ ਸਾਰੇ ਕੀ ਚੈੱਕ ਕਰ ਸਕਦੇ ਵੀ ਤੁਹਾਡੇ ਨੰਬਰ ਹੈ ਉਹ ਕਿੰਨੇ ਬਣੇਗੇ। ਅਤੇ ਇਸ ਤੋਂ ਬਾਅਦ ਨੋਰਮਲਾਈਜੇਸ਼ਨ ਵੀ ਹੋਣੀ ਹੈ, ਨੋਰਮਲਾਈਜੇਸ਼ਨ ਹੋਣ ਤੋਂ ਬਾਅਦ ਤੁਹਾਡੇ ਨੰਬਰ ਆ ਜਿਹੜੇ ਹੋਰ ਵੀ ਵਧਣੇ ਹੈਗੇ। ਸੋ ਇਹਨਾਂ ਨੂੰ ਵੀ ਤੁਹਾਡੇ ਜਿਹੜੇ ਫਾਈਨਲ ਨੰਬਰ ਨਾ ਸਮਝੋ, ਹਜੇ ਤੁਹਾਡੇ ਨੰਬਰ ਜਿਹੜੇ ਹੋਰ ਵੀ ਬਹੁਤ ਸਾਰੇ ਵਧਣੇ। ਸੋ ਦੋਸਤੋ, ਅੱਜ ਦੀ ਵੀਡੀਓ ਵਿੱਚ ਇੰਨਾ ਸੀ। ਸਾਰਿਆਂ ਨੂੰ ਜੀ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ।